ਅਗਰ ਤੁਸੀਂ ਘਰੇਲੂ ਆ ਟਿਪਸ ਅਜਮਾਉਂਦੇ ਹੋ ਤਾਂ ਕੰਪਿਊਟਰ ਵਾਂਗ ਚੱਲੇਗਾ ਦਿਮਾਗ ਅਤੇ ਬਿਮਾਰੀਆਂ ਵੀ ਰਹਿਣਗੀਆਂ ਤੁਹਾਡੇ ਤੋਂ ਮੀਲੋਂ ਦੂਰ। ਜੀ ਹਾਂ, ਚੰਗੀ ਸਿਹਤ ਲਈ ਹਰ ਕੋਈ ਇਨਸਾਨ ਜਿਹੜਾ ਹੈਗਾ ਮਿਹਨਤ ਕਰਨੀ ਚਾਹੁੰਦਾ ਹੈਗਾ, ਚਾਹੇ ਉਹ ਕਸਰਤ ਰਾਹੀਂ ਹੋਣ ਜਾਂ ਫਿਰ ਖਾਣ ਪੀਣ ਵਧੀਆ ਕਰਨਾ ਚਾਹੁੰਦਾ। ਲੇਕਿਨ ਤੁਹਾਨੂੰ ਕੁਛ ਵਧੀਆ ਟਿਪਸ ਦੱਸਾਂਗੇ ਜਿਹਦੇ ਨਾਲ ਤੁਹਾਡੀ ਯਾਦਦਾਸ਼ਤ ਵੀ ਮਜ਼ਬੂਤ ਹੋ ਜਾਵੇਗੀ, ਜਿਹੜਾ ਦਿਮਾਗੀ ਟੈਨਸ਼ਨ ਹੁੰਦੀ ਉਹਨੂੰ ਵੀ ਘਟਾਇਆ ਜਾ ਸਕਦਾ ਹੈਗਾ, ਸਰੀਰ ਵੀ ਜਿਹੜਾ ਹੈਗਾ ਆ ਉਹ ਨਿਰੋਗ ਬਿਲਕੁਲ ਰਹੇਗਾ। ਜੀ ਹਾਂ, ਐਰੋਬਿਕ ਕਸਰਤ ਕਰਨ ਦੇ ਨਾਲ ਜਿਹੜਾ ਖੂਨ ਦਾ ਜਿਹੜਾ ਪ੍ਰਵਾਹ ਹੈਗਾ ਆ ਉਹ ਵਧਾਉਂਦਾ ਹੈਗਾ ਆ, ਦਿਮਾਗ 'ਚ ਨਵੇਂ ਸੈੱਲਾਂ ਦਾ ਵਿਕਾਸ ਕਰਦਾ ਹੈਗਾ ਆ, ਔਰ ਮੂਡ ਵਿੱਚ ਵੀ ਸੁਧਾਰ ਕਰਦੀ ਹੈਗੀ ਆ। ਇਹ ਕਸਰਤ ਕਰਨੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ, ਜਿਸ ਨਾਲ ਤੁਹਾਡਾ ਤਣਾਅ ਅਤੇ ਚਿੰਤਾ ਵੀ ਘੱਟ ਜਾਂਦੀ ਹੈਗੀ ਆ। ਅਗਰ ਤੁਸੀਂ ਯੋਗਾ ਕਰਦੇ ਹੋ ਇਸ ਨਾਲ ਵੀ ਤੁਹਾਡੀ ਮਾਨਸਿਕ ਸਪਸ਼ਟਤਾ ਜਿਹੜੀ ਹੈਗੀ ਉਹ ਬਿਹਤਰ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਆ। ਵੱਡੀ ਗੱਲ ਹੈਗੀ ਆ ਕਿ ਤੁਹਾਡੇ ਸਰੀਰ ਦੇ ਜਿਹੜਾ ਹੈਗਾ ਆ ਉਹ ਸਾਰੇ ਅੰਗ ਵਰਕ ਕਰਨਾ ਸ਼ੁਰੂ ਕਰ ਦਿੰਦੇ, ਖੂਨ ਦਾ ਦੌਰਾ ਸਾਰੇ ਪਾਸੇ ਚੱਲਣਾ ਸ਼ੁਰੂ ਹੋ ਜਾਂਦਾ ਹੈ ਕਿ ਤੁਹਾਡਾ ਸਰੀਰ ਪਹਿਲੇ ਨਾਲੋਂ ਬਿਹਤਰ ਹੋਣਾ ਸ਼ੁਰੂ ਹੋ ਜਾਂਦਾ ਆ। ਅਗਰ ਤੁਸੀਂ ਡਾਂਸ ਕਰਨਾ ਚਾਹੁੰਦੇ ਹੋ ਤਾਂ ਬਹੁਤ ਹੀ ਵਧੀਆ ਗੱਲ ਹੈਗੀ, ਇਸ ਨਾਲ ਤੁਹਾਡਾ ਮੂਡ ਵੀ ਸਹੀ ਰਹੇਗਾ, ਉਹ ਯਾਦਦਾਸ਼ ਵਿੱਚ ਵੀ ਵਾਧਾ ਹੈਗਾ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਆ। ਅਗਰ ਤੁਸੀਂ ਐਕਸਰਸਾਈਜ਼ ਵਗੈਰਾ ਹੋਰ ਕਰਦੇ ਹੋ, ਜਿਵੇਂ ਤੁਸੀਂ ਕਰਾਟੇ ਵਗੈਰਾ ਜਾਂ ਕੋਈ ਇਸ ਤਰ੍ਹਾਂ ਦਾ ਹੋਰ ਯੋਗਾ ਵਗੈਰਾ ਨਾਲ ਕਰਦੇ ਹੋ ਕਿ ਇਸ ਨਾਲ ਵੀ ਤੁਹਾਡੀ ਜਿਹੜੀ ਸਿਹਤ ਕਾਫੀ ਬਿਹਤਰ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਸਰੀਰ ਨੂੰ ਜਦੋਂ ਆਪਾਂ ਹਲਚਲ ਕਰਾਂਗੇ ਕੋਈ ਨਾ ਕੋਈ ਐਕਸਰਸਾਈਜ਼ ਵਗੈਰਾ ਕਰਾਂਗੇ ਤਾਂ ਸਾਡਾ ਖੂਨ ਦਾ ਦੌਰਾ ਤੇਜ਼ ਹੋ ਜਾਵੇਗਾ। ਸਰੀਰ ਦੀ ਕਸਰਤ ਦੇ ਨਾਲ ਜਿਹੜਾ ਸਾਡੇ ਸਰੀਰ ਦੇ ਅੰਦਰ ਕੁਛ ਦੂਸ਼ਿਤ ਪਦਾਰਥ ਹੈਗੇ ਆ ਉਹ ਜਮ੍ਹਾਂ ਹੋਏ ਹੁੰਦੇ ਆ, ਉਹ ਹੌਲੀ ਹੌਲੀ ਸਾਡੇ ਉਹ ਬਾਹਰ ਨਿਕਲਣੇ ਸ਼ੁਰੂ ਹੋ ਜਾਣਗੇ, ਜਿਸ ਨਾਲ ਸਾਡਾ ਸਰੀਰ ਤੰਦਰੁਸਤ ਹੋ ਜਾਵੇਗਾ। ਇਸ ਲਈ ਕੁਛ ਵੀ ਕਰੋ ਲੇਕਿਨ ਆਪਦੀ ਸਿਹਤ ਨੂੰ ਬਿਹਤਰ ਬਣਾਉਣ ਲਈ, ਚਾਹੇ ਉਹ ਐਕਸਰਸਾਈਜ਼ ਕਰੋ, ਚਾਹੇ ਉਹ ਯੋਗਾ ਕਰੋ, ਜਾਂ ਫਿਰ ਕਿਸੇ ਤਰ੍ਹਾਂ ਦਾ ਡਾਂਸ ਕਰੋ, ਜਾਂ ਫਿਰ ਆਪਣੇ ਆਪ ਨੂੰ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ, ਸਰੀਰ ਨੂੰ ਜ਼ਰੂਰ ਕੰਮ ਜ਼ਰੂਰ ਲਿਆ ਕਰੋ, ਚਾਹੇ ਸਾਈਕਲਿੰਗ ਹੋਵੇ ਜਾਂ ਫਿਰ ਕੁਛ ਘੁੰਮਣਾ ਫਿਰਨਾ ਹੋ।